अस्सलाम वालेकुम दोस्तों, की हाल है? ठीक हो? खरीत है? हाय 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 हाय। अच्छा, इस टाइम के जनाब काफ़ी दिन बाद ना मौसम ख़राब होया सी। पहले ख़राब सी, फिर सेट हो गया, काफ़ी दिन सेट रहा, तो फिर जनाब ठीक हो गया। आज माशाल्लाह चुप चुप निकली है। ਇਹ ਦੇਖੋ ਜੀ ਹਾਲਾਤ ਐਵੇਂ ਨੇ ਨਾ, ਸਾਰੇ ਮਹਿੰਗਾਈ ਦੇ ਅਸਰਾਤ ਨੇ, ਨਾ ਕੋਈ ਦੁਕਾਨਦਾਰੀ ਸਹੀ ਤਰੀਕੇ ਨਾਲ ਹੋ ਰਹੀ ਹੈ, ਅਤੇ ਇਹ ਰੋਡ ਦੇ ਬੰਦੇ ਹੀ ਹੈ ਨੇ ਉਹਦੀ ਵਜ੍ਹਾ ਕਿ ਪੈਟਰੋਲ ਮਹਿੰਗਾ, ਕੌਣ ਵਿਚਾਰਾ ਆਵੇ ਯਕੀਨ ਕਰ, ਲੈਣ ਹੀ ਨਹੀਂ ਹੁੰਦਾ ਪੈਟਰੋਲ। ਹਾਂਜੀ, ਮਜਬੂਰੀ ਤਹਿਤ ਲੋਕ ਨਿਕਲੇ ਹੋਏ ਨੇ। ਹਾਂਜੀ ਹਾਂ, ਇਨਸ਼ਾਅੱਲਾ ਜੀ ਸੁਣ ਰਹੇ ਹਾਂ, ਅੱਲਾਹ ਤਾਲਾ ਖੈਰ ਕਰੇ, ਅੱਲਾਹ ਤਾਲਾ ਮਹਿਫੂਜ਼ ਰੱਖੇ ਵੈਸੇ, ਲੇਕਿਨ ਉਮੀਦ ਕੋਈ ਨਹੀਂ, ਕਿਉਂਕਿ ਇਹ ਦੇਖੋ ਨਹੀਂ ਤਾਂ ਇਸ ਟਾਈਮ ਇੱਥੇ ਇੰਨਾ ਰਸ਼ ਹੁੰਦਾ ਸੀ, ਬੰਦਾ ਨਹੀਂ ਸੀ ਗੁਜ਼ਰ ਸਕਦਾ, ਅਤੇ ਅੱਜ ਜਨਾਬ ਗੁਜ਼ਰਿਆ ਨਹੀਂ ਜਾਂਦਾ। ਹਾਂ ਨਹੀਂ, ਅੱਜ ਅੱਜ ਇਸ ਤਰ੍ਹਾਂ ਕਿ ਬੰਦਾ ਗੁਜ਼ਰ ਨਹੀਂ ਆ ਰਿਹਾ। ਹਾਂ ਦੇਖੋ ਨਾ, ਇਸ ਵਾਸ਼ਿੰਗ ਪੁਆਇੰਟ ਇੱਥੇ ਇੰਨੀ ਲੰਬੀ ਲਾਈਨ ਲੱਗੀ ਹੁੰਦੀ ਸੀ ਜਿਹਦਾ ਹਿਸਾਬ ਕੋਈ ਨਹੀਂ। ਇਹ ਦੇਖੋ ਲੋਕਾਂ ਨੇ ਟੇਬਲ ਪੁੱਠੇ ਕਰਦੇ ਹੋਟਲਾਂ ਵਾਲਿਆਂ ਨੇ, ਕੀ ਕਰਨ ਲੋਕ। ਸਹੀ ਗੱਲ ਹੈ, ਹਾਲਾਤ ਇਸ ਤਰ੍ਹਾਂ ਬਣ ਗਏ ਇਸ ਵਾਰ ਜੀ। ਇਹ ਸਬਜ਼ੀ ਮੰਡੀ ਤੁਹਾਡੇ ਸਾਹਮਣੇ ਦੇਖ ਲਓ, ਟਾਵਾਂ ਟਾਵਾਂ ਬੰਦਾ ਇੱਥੇ ਤਾਂ ਪੈਰ ਰੱਖਣ ਨੂੰ ਜਗ੍ਹਾ ਨਹੀਂ ਸੀ ਹੁੰਦੀ, ਅਤੇ ਹੁਣ ਦੇਖ ਤੁਹਾਡੇ ਸਾਹਮਣੇ ਕੀ ਹਾਲਾਤ ਆ। ਤੁਸੀਂ ਹੈਰਾਨ ਹੋਵੋਗੇ, ਤੁਹਾਨੂੰ ਮੈਂ ਲੈ ਕੇ ਜਾ ਰਿਹਾ ਸ਼ਹਿਰ ਦੀ ਤਰਫ ਇਨਸ਼ਾਅੱਲਾ। ਇਹ ਦੇਖੋ, ਇਹ ਹੋਟਲਾਂ ਦੀ ਇਹ ਪੋਜੀਸ਼ਨ ਹੈ ਕਿ ਲੋਕ ਮੂੰਹ ਨਹੀਂ ਕਰਦੇ, ਤਾਂ ਕੀ ਕਰ, ਜੇਬ ਕੁਛ ਹੋ ਤਾਂ ਮੂੰਹ ਕਰਨਾ ਯਾਰ। ਅਤੇ ਵੈਸੇ ਇੱਕ ਗੱਲ ਹੈ ਕਿ ਜਦੋਂ ਬੀਬੀ ਮਰੀਅਮ ਨੇ ਜਨਾਬ ਹਲਫ ਚੁੱਕਿਆ, ਉਹਨੇ ਬੜੀ ਕੰਮ ਦੀ ਗੱਲ ਕੀਤੀ ਹੈ ਵੈਸੇ, ਕਿ ਅਸੀਂ ਜਨਾਬ 60-70,000 ਤਨਖਾਹ ਘੱਟ ਆ ਨਾ, ਅਤੇ ਉਹਨਾਂ ਨੂੰ ਅਸੀਂ ਜਨਾਬ ਉਹਨਾਂ ਦੀ ਮਦਦ ਕਰਾਂਗੇ, ਅਗਰ ਕਰ ਦੇਣ 60,000 ਨਾ ਕਰਨ, ਕੰਮ ਤੋਂ 20-25,000 ਨਹੀਂ ਕਰਨ ਤਾਂ ਵੀ ਗੁਜ਼ਾਰਾ ਚੱਲ ਜਾਊਗਾ, ਕਿਉਂਕਿ ਰਾਤ ਮੋਸਟ ਲੋਕ ਨਹੀਂ, ਐਵਰੇਜ ਆਮਦਨੀ ਨਹੀਂ ਹੈ 20-25,000 ਹੀ, ਜ਼ਿਆਦਾ ਨਹੀਂ ਹੈਗੀ। ਇਹ ਦੇਖੋ ਤੁਹਾਡੇ ਸਾਹਮਣੇ ਰੋਡ ਖਾਲੀ ਜਾ ਰਿਹਾ, ਅਸੀਂ ਉਹ ਦਿਖਾਉਣ ਵਾਸਤੇ ਤੁਹਾਨੂੰ ਮੈਂ ਦੱਸ ਰਿਹਾ, ਠੀਕ ਹੈ ਜੀ। ਅਤੇ ਇਨਸ਼ਾਅੱਲਾ ਦੋਸਤੋ ਮੁਲਾਕਾਤ ਕਰਾਂਗੇ ਫਿਰ, ਹੁਣ ਰੱਬ ਦੇ ਵਾਲੇ। ਅਸਲਾਮ ਵਾਲੇਕੁਮ ਰਹਿਮਤੁਲਾ ਵਬਰਕਾਤ।